ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ ਫੁੱਲ ਮੁਰਝਾਇਆ ਪਿਆ ਹੈ ਗੁਲਾਬ ਦਾ। ਪੰਜਾਬ ਸਰਕਾਰ ਪਰ ਬੋਲਤੇ ਹੋਏ ਪੂਰਵ ਸੀਐਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਤਾਇਆ ਕਿ ਪੰਜਾਬ ਮੇਂ ਕਾਨੂੰਨ ਵਿਵਸਥਾ ਠੀਕ ਨਹੀਂ ਹੈ ਜੋ ਚਿੰਤਾ ਕਾ ਵਿਸ਼ਾ ਹੈ ਵਹ ਪੰਜਾਬ ਮੇਂ ਵਿਕਾਸ ਕਾ ਕੋਈ ਕਾਮ ਵੀ ਨਹੀਂ ਹੋ ਰਹਾ ਆਮ ਲੋਗੋਂ ਵਹ ਕਿਸਾਨੋਂ ਪਰ ਵੀ ਬੋਝ ਬੜਾ ਰਹੀ ਹੈ ਸਰਕਾਰ ਪੰਜਾਬ ਮੇਂ ਪੈਸਾ ਇਕੱਠਾ ਕਰਨੇ ਕੇ ਲੀਏ ਸ਼ਰਾਬ ਸਸਤੀ ਕੀ ਜਾ ਰਹੀ ਹੈ। ਦੇਖੋ ਸਭ ਤੋਂ ਬੜੀ ਵਾਲੀ ਚੀਜ਼ ਹੈ ਕਿ ਇੱਕ ਤਾਂ ਲਾ ਐਂਡ ਆਰਡਰ ਜਿਹੜਾ ਹੈ ਉਹ ਖਰਾਬ ਹੋ ਰਿਹਾ, ਦੂਜਾ ਡਿਵੈਲਪਮੈਂਟ ਬਿਲਕੁਲ ਹੀ ਰੁਕੀ ਹੈ। ਸਰਕਾਰ ਦੀਆਂ ਵੱਡੀਆਂ ਡਿਊਟੀਆਂ ਇਹੀ ਹੁੰਦੀਆਂ, ਇੱਕ ਤਾਂ ਲਾ ਐਂਡ ਆਰਡਰ, ਇੱਕ ਦੂਜਾ ਹੁੰਦਾ ਡਿਵੈਲਪਮੈਂਟ, ਤੀਸਰਾ ਹੁੰਦਾ ਜਿਹੜੀ ਇਕਨੋਮਿਕ ਲੋਕਾਂ ਨੂੰ ਵੇਖ ਕੇ ਉਹ ਫੈਸਿਲਿਟੀ ਦਿੱਤੀ ਜਾਣ। ਲੇਕਿਨ ਇਹ ਉਲਟਾ ਲੋਕਾਂ 'ਤੇ ਹੋਰ ਬੋਝ ਪਾ ਰਹੇ ਨੇ। ਹੁਣ ਮੈਨੂੰ ਹੈਰਾਨ ਹੁੰਦਾ ਕਿ ਚੌਧਰੀ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਇਹ ਰਿਜ਼ਲਟ ਹੈ ਜਿਹੜਾ ਬਿਜਲੀ ਦਾ ਇਨਕਰੀਜ਼ ਕੀਤਾ ਹੈ ਇਹ ਬੀਜੇਪੀ ਅਕਾਲੀ ਸਰਕਾਰ ਦਾ, ਸਾਡਾ ਕੀ ਹੈ ਉਹਦਾ ਵਧਾਇਆ ਤਾਂ ਇਹਨਾਂ ਨੇ ਹੈ ਅਤੇ ਸਾਡਾ ਉਹਦੇ ਨਾਲ ਕੀ ਤਲਕ। ਇਹ ਮਤਲਬ ਆਪਣਾ ਜਿਹੜਾ ਗੁਨਾਹ ਹੈ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੇ। ਹੁਣ ਕਿਸਾਨਾਂ ਨਾਲ ਕੀ ਫਰਾਡ ਹੈ ਕਿ ਜਿਹੜਾ ਅੱਜ ਅਸੀਂ ਆਹ ਕਰਜ਼ਾ ਮਾਫ਼ ਕਰ ਦਾਂਗੇ, ਚਲੋ ਇੱਕ ਮਿੰਟ ਵਾਸਤੇ ਕਰਜ਼ਾ ਮਾਫ਼ ਕਰ ਦੇਣ, ਜਿੰਨਾ ਕੁ ਹੈ ਕਿਆ ਤਾਂ ਬਹੁਤ ਸੀਗਾ, ਉਹਦਾ ਫਰੈਕਸ਼ਨ ਆਫ ਦੈਟ ਅਮਾਊਂਟ ਇਹ ਕਰਜ਼ਾ ਮਾਫ਼ ਕਰ ਰਹੇ ਨੇ। ਲੇਕਿਨ ਉਹ ਇੱਕ ਪਾਸੇ ਤਾਂ ਦੇਣਗੇ ਅਤੇ ਉਦੋਂ ਜ਼ਿਆਦਾ ਲੈ ਲੈਣਗੇ। ਹੁਣ ਬਿਜਲੀ ਦਾ ਵੀ ਕਿਸਾਨ 'ਤੇ 10% ਜਿਹੜਾ 12% ਕੀਤਾ ਉਹ ਫਰਕ ਪਊਗਾ। ਇੱਕ ਇਹਨਾਂ ਨੇ ਮਾਰਕੀਟਿੰਗ ਫੀਸ ਵੀ ਵਧਾ ਦਿੱਤੀ ਹੈ, ਰੂਰਲ ਡਿਵੈਲਪਮੈਂਟ ਵਧਾ ਦਿੱਤਾ ਹੈ, ਉਹਦਾ ਵੀ ਜਿਹੜਾ ਪੈਸਾ ਹੈ ਉਹ ਇੰਡਾਇਰੈਕਟ ਉਹ ਅਖੀਰ ਤਾਂ ਫਾਰਮਰ 'ਤੇ ਇਫੈਕਟ ਕਰਨੇ ਨੇ ਜੀ। ਅਤੇ ਇਸ ਕਰਕੇ ਇਹ ਡਰਾਮਾ ਜਿਹਾ ਖੇਡਦੇ ਹੈ, ਗੌਰਮੈਂਟ ਨੂੰ ਕਲੀਅਰ ਹੋਣਾ ਚਾਹੀਦਾ, ਦੱਸਦੇ ਵੀ ਆਹ ਸਾਡੀ ਪ੍ਰੋਬਲਮ ਅਸੀਂ ਨਹੀਂ ਕਰ ਸਕਦੇ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਤੁਸੀਂ ਇਹ ਕਾਰਡਿਕ ਮੀਟਰ ਨੂੰ ਆਪਰੇਟ ਕਰਨ ਬਾਰੇ ਕਿਵੇਂ ਜਾਣਦੇ ਹੋ? ਮੈਂ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪਟਿਆਲਾ ਤੋਂ OT ਦਾ ਡਿਪਲੋਮਾ ਕਰ ਰਹੀ ਹਾਂ। ਟ੍ਰੇਨਿੰਗ ਤੋਂ ਬਾਅਦ ਇਸੇ ਹਸਪੀਟਲ ਵਿੱਚ ਤੁਹਾਡੀ ਜੋਬ ਪੱਕੀ। ਸੱਚ? ਯੈਸ। ਤੁਸੀਂ ਵੀ ਆਪਣੇ ਬੱਚਿਆਂ ਦਾ ਫਿਊਚਰ ਸੰਵਾਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ 'ਤੇ ਇੱਕ ਵਾਰ ਆ ਕੇ ਜ਼ਰੂਰ ਵੇਖੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਪਟਿਆਲਾ।